ਲੋ ਜੀ ਮਿੱਤਰੋ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਆ ਆ ਬੀਜ ਦਾ ਜਮੀਂ ਤੋੜਨੀ ਹੈਗਾ ਕਿਸੇ ਕੋਲ ਵੀ ਬਹਿ ਜਾ ਬਹਿ ਜਾ ਹੁਣ ਤੱਕਰ ਇਹਦੇ ਨਾਲ ਆਪਾਂ ਨੇ 5 ਕਿਲੇ 26 ਦੇ ਲਾਏ ਤੇ ਸੇਮ ਦਿਨ ਇਹਦੇ 2 ਕਿਲੇ ਲੱਗੇ ਆ ਠੀਕ ਹੈ ਜੀ ਆਪਣੇ ਆਪਾਂ ਨੇ ਪਹਿਲੀ ਵਾਰ ਲਾਇਆ ਤਾਂ ਇਹ ਬੀਜ ਪਰ ਦੇਖ ਕੇ ਯਾਰ ਮਨ ਇੰਨਾ ਖੁਸ਼ ਹੁੰਦਾ ਇਹ ਵੈਰਾਈਟੀ ਨੂੰ ਹਨਾ ਪਰ ਦੁਖੀ ਵੀ ਹੁੰਦਾ ਭਈਆਂ ਨੇ ਛਿੱਦੀ ਲਾਤੀ ਥੋੜੀ ਜੀ ਥੋੜੀ ਜਿਹੀ ਕਾफी ਸਿੱਧੀ ਲਾਈਆ ਠੀਕ ਹੈ ਜੀ ਆ ਜਿਹੜਾ ਬੀਜ ਆ ਪਨੀਰੀ ਵਾਲਾ ਖੇਤ ਦਾ ਨਵਾਂ ਦਵੰਗ 55 100 ਦਿਨ ਦੇ ਲਗਭਗ ਲੰਦਾ ਇਹ ਦਿਨ ਠੀਕ ਹੈ ਜੀ ਵੈਰੈਟੀ ਇਹ ਵੀ ਬਹੁਤ ਸੋਹਣੀ ਵੈਰੈਟੀ ਆ ਕੱਟ ਟਾਈਮ ਵਾਲੀ ਵਧੀਆ ਹੀ ਆ ਸਾਰੀਆਂ ਹਨਾ ਭਈਆਂ ਨੇ ਬਹੁਤ ਨਾਸ ਮਾਰਿਆ ਯਾਰ ਪਰ ਫਿਰ ਵੀ ਇੰਨਾ ਮਨ ਖੁਸ਼ ਹੁੰਦਾ ਵੈਰੈਟੀ ਨੂੰ ਦੇਖ ਕੇ ਤੁਹਾਨੂੰ 26 ਦੀ ਵੀਡੀਓ ਬਣਾ ਕੇ ਦਿਖਾਵਾਂਗਾ ਕਿ ਉਹ ਵੀ 29 ਤਰੀਕ ਦੀ ਲੱਗੀ ਵੀ ਆ ਠੀਕ ਹੈ ਜੀ ਅੱਜ 26 ਤਰੀਕ ਹੋ ਗਈ 26 ਤਰੀਕ ਦੇਖ ਲਓ ਹੁਣ ਮਹੀਨਾ ਵੀ ਨਹੀਂ ਹੋਇਆ ਵੈਰੈਟੀ ਨੂੰ ਲੱਗੀ ਹੋਈ ਨੂੰ ਪਰ ਯਾਰ ਕੀ ਗੱਲ ਬਾਤ ਆ ਤੁਸੀਂ ਆਪ ਦੇਖ ਸਕਦੇ ਆ ਕੋਈ ਹੈਗਾ ਤੋੜ ਇਹ ਥੋੜੀ ਜਿਹੀ ਛਿੱਧੀ ਉਹ ਲੱਗ ਗਈ ਜੇ ਕਿਤੇ 26 ਮਾਗ ਲੱਗ ਜਵੇ ਨਾ ਇਹਦਾ ਰੇ ਨਾ ਪਵੇ ਇਹਦੇ ਵਿੱਚ ਨਾ ਹੋਵੇ ਸਪਰੇ ਇੰਨੀ ਜ਼ਿਆਦਾ ਸੰਘਣੀ ਆ ਔਰ 26 ਨਾਲੋਂ ਜ਼ਿਆਦਾ ਗ੍ਰੋਥ ਉਹੀ ਟਾਈਮ ਪੀਰੀਅਡ ਵਾਲੀ ਹੈ ਨਾ ਵੈਰੈਟੀ ਸ਼ਾਰਟ ਟਰਮ ਵਾਲੀਆਂ ਵੈਰੈਟੀਆਂ ਦੇ ਵਿੱਚੋਂ ਇੱਕ ਆ ਇਹ ਇਹ ਲੱਗੀ ਆਪਣੇ 6 ਤਰੀਕ ਨੂੰ ਠੀਕ ਹੈ ਜੀ ਇਹ ਵੀ ਨਾਲ ਰਲ ਜਾਣਾ ਬਸ ਇਹਨੇ ਜਿੰਨੇ ਕਿ 26 ਦਿਨ ਦੀ ਇਹ ਹੋਈ ਹੈ 26 ਦਿਨ ਦੀ ਜਿਆਦਾ ਇਹ ਹੋਗੀ ਪਰ ਇਹਦੀ ਰੀਸ ਤਾਂ ਕਰ ਨਹੀਂ ਸਕਦੀ ਪਰ ਫਿਰ ਵੀ ਨੇੜੇ ਤੇੜੇ ਪਹੁੰਚੂਗੀ ਇਹ ਠੀਕ ਹੈ ਜੀ ਇਹ ਹੈਗੀ ਹੈ 770 ਕਰਨਾਲ ਅਲੱਗ-ਅਲੱਗ ਕੰਪਨੀਆਂ ਵਿੱਚ ਹੀ ਜੰਨੀਆਂ ਹਨਾ 770 ਇਹਦਾ ਨੋ ਪਰ ਆ ਦੇਖ ਲੋ ਹੁਣ ਹਜੇ 26 ਦਿਨ ਦੀ ਹੋਈ ਹੈ ਇਹ 25 26 ਦਿਨ ਦੀ 29 ਤਰੀਕ ਦੀ ਲਈ ਵੀ ਆਪਾਂ ਨੇ ਇਹ ਦੇਖ ਲੋ ਦੋ ਕਿਲੇਨ ਖੜੇ ਆ ਛੋਟੇ ਦੇ ਸ਼ਰਮੰਗ ਨਾਲੇ ਲਾ ਵੀ ਥੋੜੇ ਜਿਹਾ ਸੜਕ ਦੇ ਨੇੜੇ ਹੋ ਗਏ ਗਲਤੀ ਹੋ ਗਈ ਕਿਉਂਕਿ ਹਾ ਬਹੁਤ ਮਾਰ ਜਾਂਦੀ ਹੈ ਨਾ ਬੰਦੇ ਨੂੰ ਇਹ ਮੰਨੂ ਦੋਹੇ ਕੀਲੇ 5000 ਚ ਪਏ ਮੈਂ ਇਕੱਲਾ ਸੀਡ ਸਿਰਫ ਬੀਜ ਤੇ ਬੀਜ ਮੈਂ ਲੈ ਕੇ ਆਇਆਤਾ ਤਿੰਨ ਥੈਲੀਆਂ ਤਿੰਨ ਤਿੰਨ ਕਿਲੋ ਦੀਆਂ 9 ਕਿਲੋ ਬੀਜ 33 ਇਹ 9 9 ਕਿਲੋ ਬੀਜ ਮੰਨੂ ਤਕਰੀਬਨ 4800 4900 ਦਾ ਪਿਆ ਹੋਇਆ ਇਹ 525 ਰੁਪਏ ਆਪਾਂ ਨੂੰ ਮਿਲਿਆਤਾ ਕਿਲੋ ਤੁਸੀਂ ਹਿਸਾਬ ਲਾ ਲਓ ਥੈਲੀ ਕਿਆ ਰੇਟ ਪਈ ਹੈ ਨਾ 9 ਕਿਲੋ ਨਾਲ 2 ਕੀਲੇ ਲੱਗ ਗਏ ਬਸ ਪਰ ਵਹਿਜਾ ਵਹਿਜਾ ਹੈ ਬੀਜ ਦਾ ਨਾਵਾ 7301 ਸਵਾਨਾ ਕੰਪਨੀ ਦਾ ਸਵਾ 7301 ਜਿਹਦੀ ਸਵਾ 127 ਸਵਾ 134 ਆਉਂਦੀ ਆ ਇਹ ਠੀਕ ਹੈ ਯਾਰ ਬੀਜ ਮੈਂ ਵੀ ਪਹਿਲੀ ਵਾਰ ਲਾਇਆ ਮੈਨੂੰ ਵੀ ਆਪਣੇ ਮਿੱਤਰ ਪਿਆਰੇ ਨੇ ਲਾ ਲਓ ਰਿਸ਼ਤੇਦਾਰ ਨੇ ਕਿਹਾ ਤਾਂ ਕਿ ਅਸੀਂ ਲਾਉਣੇ ਆ ਤੂੰ ਲਾ ਲਾ ਸ਼ਾਰਟ ਟਰਮ ਵੈਰਾਈਟੀ ਆ ਕੇ ਵਧੀਆ ਸਾਡੇ ਦਾ ਝਾੜ ਬਹੁਤ ਦੇ ਕੇ ਜਾਂਦੀ ਆ ਪਰ ਆਪਾਂ ਇਨਾ ਮੈਂਸ਼ਨ ਨਹੀਂ ਕਰਦੇ ਜਦੋਂ ਆਪਣੇ ਆਊਗਾ ਉਦੋਂ ਦੱਸਾਂਗੇ ਆ ਲਾਗ ਲਾ ਕੇ ਡੱਕੇ ਆ ਜਿਹੜੇ ਆ ਮੀਂਹ ਦੇ ਨਾਲ ਹੋ ਗਿਆ ਕੰਮ ਹਨਾ ਜਿਹੜੀਆਂ ਬਾਰਸ਼ਾਂ ਪਈਆਂ ਪਿੱਛੇ ਦੱਬਲੇ ਆਲੇ ਦਲੇ ਆਲੇ ਕਿਉਂਕਿ ਮਿੱਟੀ ਆ ਜਿਹੜੀ ਆਪਣੀ ਸੌਰਟੀ ਜ਼ਮੀਨ ਐ ਸਾਰੀ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ ਤੁਹਾਨੂੰ ਹੋਰ ਵੈਰਾਈਟੀ ਦਿਖਾਵਾਂਗੇ 26 ਦਿਖਾਵਾਂਗੇ ਜਿਹੜੀ ਸੇਮ ਲੱਗੀ ਵੀ ਆ ਉਹ ਖੜੀ ਆ ਚਾਰ-ਚਾਰ ਡੱਕੇ ਲਈ ਇਹ ਤਕਰੀਬਨ ਮੈਂ ਕਹਿੰਨਾ 10 ਤੇ ਪਾਰੇ ਚਲੇਗੇ ਵਿੱਚ ਵਿੱਚ ਨੂੰ ਇਹ ਬਾਕੀ ਵੀ ਤੁਰੇਵੇਂ ਆ ਨਾਲ ਸਰਾ ਗੱਲ ਲਵਾਤਾ ਆ ਵੈਰੈਟੀ ਜੀ ਵੀ ਬਾਈ ਪਿਛਲੀ ਵਾਰ ਵਧੀਆ ਝਾੜ ਦੇ ਕੇ ਗਈ ਆ ਸ਼ਾਰਟ ਟਰਮ ਲੌਂਗ ਟਰਮ ਤਾਂ ਬਥੇਰਾ ਝਾੜ ਦੇ ਦਿੰਨੀ ਆ ਪਰ ਬਿਮਾਰੀ ਬਹੁ ਪੈਂਦੀ ਆ ਲੌਂਗ ਟਰਮ ਨੂੰ ਠੀਕ ਆ ਜੀ ਕਿਉਂਕਿ ਪੀਲੀ ਪੂਸ਼ਾ ਵੀ ਆਪਾਂ ਨੇ ਲਾ ਕੇ ਦੇਖ ਲਈ ਪੱਕਣ ਚ ਨਹੀਂ ਆਉਂਦੀ ਠੀਕ ਹੈ ਜੀ ਉੱਪਰ ਤੇ ਤੇਲੇ ਦਾ ਬਹੁਤ ਜ਼ਿਆਦਾ ਹਨਾ ਕੇ ਪ੍ਰਭਾਵ ਪੈਂਦਾ ਉਹਦੇ ਪੂਰਾ ਐਨ ਅਟੈਕ ਆਉਂਦਾ ਤੇਲੇ ਦਾ ਤੇਲੇ ਆਏ ਵੀ ਨਹੀਂ ਕਹ ਸਕਦੇ ਕਿ ਇਹਦੇ ਪਾਊਗਾ ਨਹੀਂ ਆਹ ਦੇਖ ਲਓ ਹੁਣ ਕੱਲੀ ਜ਼ਿੰਕ ਦੇ ਨਾਲ ਜੁੜਿਆ ਪਿਆ ਵਾ ਰੰਗ ਦਾ ਹੀ ਤੁਹਾਨੂੰ ਦੱਸਦਾ ਰੰਗ ਦੇਖੋ ਉਹ ਪੁਰਾਣ ਪਹਿਲਾਂ ਵਾਲੀ ਉਹ 770 ਠੀਕ ਹੈ ਜੀ 110 ਤਾਂ ਚਲੋ ਰਹਿੰਦੀ ਹੋ ਥੋੜੀ ਪੀਲੇ ਪਰ ਹਨਾ ਪਰ ਇਹਦਾ ਬਹਿਜਾ ਵਾ ਜਾਂ ਨਹੀਂ ਲੱਗਦਾ ਕਿ ਰੀਜੈਂਟ ਬਹੁਤ ਠੋਕੀ ਵੀ ਆ ਠੀਕ ਆ ਜੂਰੀ ਆ ਪਤਾ ਨਹੀਂ ਕਿੰਨਾ ਕੁ ਪਾਤਾ ਇਹ ਉੱਪਰ ਨੂੰ ਨਹੀਂ ਵੱਧਦੀ ਆਲੇ-ਦਾਲੇ ਨੂੰ ਵੱਧਦੀ ਆ ਪਰ ਡਿੱਗਦੀ ਵੀ ਨਹੀਂ ਹੈਗੀ ਸਪੈਸ਼ਲੀ ਮੈਨੂੰ ਕਿਹਾ ਤਾਂ ਕਿ ਡਿੱਗਦੀ ਨਹੀਂ ਹੈਗੀ ਹਾਈਬ੍ਰਿਡ ਨਹੀਂ ਬਹੁਤ ਗਿਰਦੀਆਂ ਕਿ ਜੂਰੀਆ ਜਵਾਦਾ ਨਹੀਂ ਪੈਂਦਾ ਜਿਵੇਂ 110 ਪਰ ਵਿੱਚ ਨਾ ਜੂਰੀਆ ਘੱਟ ਪੈਂਦਾ ਠੀਕ ਆ ਦੋ ਕਥਲੇ ਢਾਈ ਥੈਲੇ ਮਸੀਓ ਪੈਣੇ ਆ ਕਿਉਂਕਿ ਹਾਈਟ ਬਹੁਤ ਕਰਦੀ ਆ ਪਰ ਆਹ ਵੈਰੈਟੀ ਹਾਈਡ ਨਹੀਂ ਕਰਦੀ ਚਾਹੇ ਪੰਜ ਥੈਲੇ ਵੀ ਪਾਲਾ ਆਲੇ ਦਾਲੇ ਨੂੰ ਇਹ ਵਧੂਗੀ ਉੱਪਰ ਨੂੰ ਨਹੀਂ ਵਧਦੀ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ